ਤੜਕੇ ਸੁਨੇਹਾ ਉੱਠਣ ਦੇ ਆ ਕੁਛ ਤਰੀਕੇ ਜਿਹੜੇ ਮੈਂ ਪਰਸਨਲੀ ਅਪਣਾਏ ਨੇ। ਸੁਨੇਹਾ ਕਿਵੇਂ ਉੱਠੀਏ? ਸਭ ਤੋਂ ਪਹਿਲਾਂ ਜਲਦੀ ਸੌਣ ਦੀ ਆਦਤ ਪਾਓ। ਜਲਦੀ ਸੌਂਗੇ ਤਾਂ ਜਲਦੀ ਉੱਠਣ ਦੇ ਵੀ ਬਹੁਤ ਹਾਈ ਚਾਂਸ ਨੇ। ਦੂਸਰਾ, ਸ਼ਾਮ ਨੂੰ ਜਿਹੜਾ ਭੋਜਨ ਆਪਾਂ ਕਰਦੇ ਹਾਂਗੇ, ਜਿੰਨਾ ਭਾਰਾ ਭੋਜਨ ਹੋਊਗਾ ਸਰੀਰ ਨੂੰ ਉੱਨਾ ਹੀ ਕੰਮ ਕਰਦੇ ਰਹਿਣਾ ਪੈਣਾ, ਫਿਰ ਉਹ ਡਾਈਜੈਸ਼ਨ ਲੰਬੇ ਚਿਰ ਤੱਕ ਚੱਲਦੀ ਰਹਿੰਦੀ, ਫਿਰ ਤੜਕੇ ਉੱਠਣ ਲੱਗੇ ਵੀ ਔਖਾ ਹੁੰਦਾ। ਕਿਉਂਕਿ ਜਦੋਂ ਵੀ ਆਪਾਂ ਕੁਛ ਖਾਂਦੇ ਹਾਂ 90% ਬਲੱਡ ਉਹਦੇ ਆਪਣੇ ਗੱਟ 'ਚ ਆ ਜਾਂਦਾ, ਡਾਈਜੈਸ਼ਨ ਲੈ ਜਾਂਦੇ 90% ਬਲੱਡ, ਤਾਂ ਹੀ ਉਹ ਪਰ ਜ਼ਿਆਦਾ ਨੀਂਦ ਆਪਾਂ ਨੂੰ ਮਹਿਸੂਸ ਹੁੰਦੀ ਆ। ਤਾਂ ਹਲਕਾ ਭੋਜਨ ਕਰੋ, ਹਲਕੇ ਭੋਜਨ ਨੇ ਸਰੀਰ ਨੂੰ ਇੰਨਾ ਥੱਲੇ ਨਹੀਂ ਸਿੱਟਣਾ। ਤੀਸਰਾ, ਆਪਦਾ ਅਲਾਰਮ ਕਲੋਕ ਬੈੱਡ ਤੋਂ ਦੂਰ ਰੱਖੋ ਤਾਂ ਕਿ ਤੁਹਾਨੂੰ ਉੱਠ ਕੇ ਜਾਣਾ ਪਵੇ, ਥੋੜ੍ਹਾ ਪੈਟਰਨ ਟੁੱਟੇ ਸਲੀਪ ਦਾ। ਚੌਥਾ, ਉੱਠਣ ਸਾਰ ਹੀ ਜਿਵੇਂ ਮੈਂ ਕਈ ਵਾਰ 10 ਡੂੰਘੇ ਸਾਹ ਲੈਂਦਾ ਹੋਣਾ, ਉਹਨਾਂ ਨੇ ਨਾ ਬਲੱਡ ਫਲੋ ਚਲਾ ਦੇਣਾ ਤੁਹਾਡਾ, ਇੱਕਦਮ ਨੀਂਦ ਉੱਡ ਜਾਣੀ ਆ, ਤੁਹਾਡੀ ਜਾਹ ਖੁੱਲ ਜਾਣੀ ਆ। ਪੰਜਵਾਂ, ਜਦੋਂ ਆਪਾਂ ਤੜਕੇ ਉੱਠਦੇ ਹੁੰਦੇ ਹਾਂ, ਦੇਖੋ ਉੱਠਣਾ ਤੁਸੀਂ 2 ਘੰਟਿਆਂ ਬਾਅਦ ਵੀ ਆ, ਉਹ ਸਿਰਫ ਇੱਕ ਦਿਮਾਗ 'ਚ ਇੱਕ ਵਿਚਾਰ ਹੀ ਆ ਰਿਹਾ ਜਿਹੜਾ ਆਪਣੀ ਸਾਰੀ ਪੋਟੈਂਸ਼ੀਅਲ ਸਾਰੀ ਯੋਗਤਾ ਨੂੰ ਉੱਥੇ ਬੈੱਡ 'ਚ ਹੀ ਪਾਈ ਰੱਖਦਾ। ਥੋੜ੍ਹੇ ਸਿਆਣੇ ਬਣੋ ਇਸ ਚੀਜ਼ ਦੇ ਬਾਰੇ ਕਿ ਸਵੇਰੇ ਉੱਠ ਕੇ ਮੈਂ ਕੋਈ ਰੂਟੀਨ ਫੋਲੋ ਕਰੂੰਗਾ, ਕੋਈ ਆਪਦੇ ਕੰਮ ਕਰੂੰਗਾ, ਤਾਂ ਉਹਦੇ ਐਵੇਂ ਮਾੜਾ ਮਾੜਾ ਕਰਕੇ ਜ਼ਿੰਦਗੀ 'ਚ ਮੈਨੂੰ ਕਿੰਨੇ ਫਾਇਦੇ ਹੋਣਗੇ। ਸੁਨੇਹਾ ਉੱਠਣ ਵਾਲਾ ਬੰਦਾ ਜਦੋਂ ਬਾਕੀ ਦੁਨੀਆ ਉੱਠਦੀ ਉਦੋਂ ਨੂੰ ਅੱਧਾ ਦਿਨ ਤਾਂ ਉਹ ਜਿੱਤੀ ਬੈਠਾ ਹੁੰਦਾ।